ਨਾਨ ਜਪਿਆ ਵਾਹਿਗੁਰੂ ਤਿੰਨਾ ਨਰਾਖਾ ਵਾਹਿਗੁਰੂ, ਨਾਨ ਜਪਿਆ ਵਾਹਿਗੁਰੂ ਤਿੰਨਾ ਨਰਾਖਾ ਵਾਹਿਗੁਰੂ, ਨਾਨ ਜਪਿਆ ਵਾਹਿਗੁਰੂ ਤਿੰਨਾ ਨਰਾਖਾ ਵਾਹਿਗੁਰੂ, ਨਾਨ ਜਪਿਆ ਵਾਹਿਗੁਰੂ ਤਿੰਨਾ ਨਰਾਖਾ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰ ਦੁਆਰ, ਬਹਿ ਮੀਲਾ ਜਸ ਗੋਬਿੰਦ ਦਾਸ ਤੁਹਾਰ, ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਵਲੀਆਂ, ਸ਼ਬਦ ਉਹ ਤਾਂ ਗਾਵੋ ਹਰੀ ਮੇਰਾ ਮਨ ਜਿਨੀ ਵਸਾਇਆ, ਕਹਿ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਸਦਾ ਰੋ ਕਰਨਾ ਲਈ ਹਰਨਾਲ ਰਵੋ ਤੁਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਕਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਹੈ ਨਾਨਕ ਮਨ ਮੇਰੇ ਸਦਾ ਰੋ ਹਰਨਾਲ, ਸਾਚੇ ਸਾਹਿਬਾ ਕਹਿ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ, ਕਹਿ ਹੈ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ਬਦ ਘਰ ਸਭਾ ਕੈ, ਘਰ ਸਭਾ ਕੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਾ
ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੈ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ ਦੋ ਗੁਰੂ ਬਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਰਵੰਤ ਨਾਨਕ ਗੁਰ ਚੜ੍ਹਨ ਲਾਗੇ ਵਾਜੇ ਅਨਹਦ ਤੋਰੇ ਮੁੰਦਾ ਬਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਜੈ ਤਿਸ ਕਾ ਹੋਇ ਉਧਾਰ ਏ ਵਸਤ ਜੀ ਨਾ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਯੋਗ ਕਿਤੋਈ ਮੈਂ ਨਿਰਗੁਣ ਅਜੇ ਕੋ ਗੁਣ ਨਾਹੀ ਆਪੇ ਤਰਸ ਪਿਓ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਮੈਂ ਹਰਿਆ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਮੈਂ ਹਰਿਆ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਇਲਾ ਉੱਥੇ ਤੇਰੀ ਰੱਖ ਦੁਰਮਾ ਸੁਣ ਗਿਆ ਜਮ ਕੇ ਦੂਤ ਨਾਏ ਤੇਰਾ ਛੜ ਜਾਏ ਭੋ ਜਲ ਵਿਖਮ ਸਗਾਹ ਭੋ ਜਲ ਵਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਹੋ ਬੁਨ ਗੁਣ ਗੋਬਿੰਦ ਗਾ ਸਭ ਸੈਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਥਾ ਕੋਈ ਨਾ ਜਾਏ ਜੇ ਆਵੇ ਖੁਦ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਮ ਨਿਤਨੀ ਸਤਿਗੁਰ ਵੇਖਣਾ ਸ੍ਰਵਣੀ ਸੁਣਨਾ ਗੁਰਨਾਮ ਸਤਿਗੁਰ ਸਿੱਧੀ ਰੱਤਿਆਂ ਦਰਗਾਹ ਪਾਈਆਂ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਤ ਦੇ ਜਗ ਮੈਂ ਮੁਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰਿਆ ਪੁਬਾਰਿਆ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ ਹੋ ਆਪ ਦਿਆਨ ਮਨੋ ਨਾ ਵਿਸਾਰਿਆ ਨਾ ਸਾਧ ਜਨਾ ਕੈ ਸੰਗ ਭਵ ਜਲ ਤਾਰਿਆ ਨਾ ਸਾਕਤ ਨਿੰਦਕ ਦੁਸ਼ਟ ਖਿਨ ਮਾਵੇ ਵਿਦਾਰਿਆ ਨਾ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਗੇ
ਮਿਲੇ ਦੁਖ ਜਾਗੇ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਗੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਗੇ ਵਾਹਿਗੁਰੂ ਜੀ ਕਾ ਖਾਲਸਾ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲ ਦਾ ਦਾਰ
ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੇ ਹੋਠ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਆਪ ਜੀ ਦੇ ਚਰਣਾ ਕਵਲਾਂ 'ਚ ਅਰਦਾਸ ਬੇਨਤੀ ਹੈ ਜੀ। ਆਪ ਜੀ ਦੀ ਮਹਾਨ ਕਿਰਪਾ ਸਦਕਾ ਗੁਰਮਤ ਪ੍ਰਚਾਰ ਸਭਾ ਗੁਰਾਇਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸਮਰਪਿਤ 17ਵਾਂ ਆਤਮ ਰਸ ਕੀਰਤਨ ਦਰਬਾਰ ਦਾਣਾ ਮੰਡੀ ਗੁਰਾਇਆਂ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਇਸ ਟਾਈਮ ਸੋਦਰ ਰਹਿਰਾ ਸਾਹਿਬ ਜੀ ਦੇ ਜਾਪ ਕੀਤੇ ਗਏ ਹਨ। ਜਾਪ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮਾਫ਼ ਕਰਦਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਤੇ ਬੁੱਧੀ ਬਖਸ਼ਿਸ਼ ਕਰਨੀ, ਸ਼ੁੱਧ ਸੇਵਾ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨਾ, ਬਾਣੀ ਦਾ ਪਵਿੱਤਰ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਚੱਲਿਆ ਹੋਇਆ ਕਦਮ ਕਦਮ ਲੇਖੇ ਲਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਆਇਆ ਹੋਇਆ ਤਿਲਫੁਲ ਭੇਟਾ ਦਰ ਤੇ ਪ੍ਰਵਾਨ ਕਰਨਾ, ਚਾਰ ਪੈਰ ਦੇ ਜਿਹੜਾ ਸੁੱਖਾਂ ਦਾ ਅਤੀਤ ਕਰਾ ਹੈ, ਸਤਿਗੁਰੂ ਚਾਰ ਪੈਰ ਰਹਿਣ ਆਏ ਹੈ ਸੁੱਖਾਂ ਭਰੀ ਅਤੀਤ ਕਰਾਉਣਾ, ਹੁਣ ਆਪਣੇ ਹੁਕਮਨਾਮ ਬਖਸ਼ਿਸ਼ ਕਰਕੇ ਉਪਰੰਤ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੁੱਖ ਹੋਵੇ ਨਾਮ ਜਿੱਤੇ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਦੇ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ। ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀਸ, ਸੋ ਹਮਰੀ ਰਚਿਆ ਕਰੇ ਗੁਰ ਕਲਗੀ ਧਰ ਜਗਦੀਸ਼, ਸੋ ਹਮਰੀ ਰਚਿਆ ਕਰੇ ਗੁਰ ਕਲਗੀ ਧਰ ਜਗਦੀਸ਼। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਤੇ ਫੇਰ ਪਏ ਅਬ ਕਿਸ਼ ਕਿਰਪਾ ਕੀਜੈ, ਉਹ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼
ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਵਾਹਿਗੁਰੂ
Yeah.
ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੁਖਬੀਰ ਸਿੰਘ ਜੀ ਦੇ ਦਿੱਤੇ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਜ਼ਿਆਦਾ ਧੰਨਵਾਦ ਉਹਨਾਂ ਨੇ ਸਮੇਂ ਨੂੰ ਬਹੁਤ ਪਿਆਰ ਸਤਿਕਾਰ ਨਾਲ ਪ੍ਰਵਾਨ ਕੀਤਾ। ਗੁਰੂ ਪਾਤਸ਼ਾਹ ਜੀ ਦਾ ਬੜਾ ਬਖਸ਼ਾ। ਮੈਂ ਫਿਰ ਸੰਗਤਾਂ ਦੇ ਚਰਨਾਂ 'ਚ ਅਨੁਭਵ ਸਾਥ ਬੇਨਤੀ ਕਰਨਾ ਹੈ ਕਿ ਗੁਰਮਤਿ ਪ੍ਰਚਾਰ ਸਭਾ ਹਰ ਸਾਲ ਦੀ ਤਰ੍ਹਾਂ ਹੈ, ਬੜਾ ਜੋਰ ਉਪਰਾਲਾ ਕਰਕੇ ਇਹ ਪ੍ਰਬੰਧ ਇਹ ਗੁਰਮਤਿ ਸਮਾਗਮ ਕਰਵਾਉਂਦੀਆਂ ਹਨ। ਸੰਗਤਾਂ ਦੇ ਚਰਨਾਂ 'ਚ ਨਿਮਰਤਾ ਸਿੰਘ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸਾਹਿਬ ਸ਼੍ਰੀ ਗੁਰੂ ਸਾਹਿਬ ਜੀ ਪਾਪ ਅਕਾਲੀ ਦੇ ਵਿੱਚ ਮੌਜੂਦ ਨੂੰ ਬੰਦ ਕਰੋ ਜੀ। ਪੰਥ ਦੇ ਮਹਾਨ ਕੀਰਤਨੀਏ ਭਾਈ ਅਵਤਾਰ ਸਿੰਘ ਜੀ ਮੁਲਤਾਨੀ ਜੀ ਉਹ ਸੰਗਤਾਂ ਨੂੰ 8 ਵਜੇ ਤੱਕ ਮਨੋਹਰ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ, ਗੁਰੂ ਦੇ ਸਾਹਿਬ ਨਾਲ ਜੋੜਨਗੇ। ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਮੁਲਤਾਨੀ ਜਿਹਨਾਂ ਨੂੰ ਆਪਾਂ ਸੁਣਦੇ ਰਹਿੰਦੇ ਹਾਂ, ਬਹੁਤ ਹੀ ਮਨ ਪ੍ਰਸਿੱਧ ਕੀਰਤਨੀ ਹਾਜ਼ਰ ਆ ਰਹੇ ਹਨ ਅਤੇ ਸੰਗਤਾਂ ਲਾਹਾ ਲੈਣ ਦਾ ਉਪਰਾਲਾ ਕਰੋ। ਇਹ ਬੜਾ ਲਾਹਾ ਕਰਨਾ ਨਾਲ ਮਿਲਦਾ ਸੜਕੜੀਆਂ ਘੜੀਆਂ ਜਿਹੜੀਆਂ ਤੁਹਾਡੀਆਂ ਇੱਥੇ ਲੇਖੇ ਲੱਗਣੀਆਂ, ਤਾਂ ਹੀ ਅੱਜ ਆਪਾਂ ਆਕਾਰ ਕਰਾਵਾਂਗੇ। ਆਓ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਮੁਲਤਾਨੀ ਜਾਂ ਜਥਾ ਸੰਗਤਾਂ ਨੂੰ ਕੀਰਤਨ ਸਮਝਾਉਣ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Yeah.
Thank you.
ਜੋ ਮੇਰੇ ਸ੍ਰੀ ਹਰਿਕ੍ਰਿਸ਼ਨ ਚਾਹੀਏ ਜਿੱਥੇ ਸਭ ਗਾਏ ਸਭ ਖਾਈ ਕੋਈ ਸਫਰ ਗੁਰੂ ਸਿੰਘ ਸੱਚੇ ਪਾਤਸ਼ਾਹ ਅੱਠਵੇਂ ਨਾਨਕ ਜਿਨ੍ਹਾਂ ਦੀ ਯਾਦ ਵਿੱਚ ਸਮਾਗਮ ਚੱਲ ਰਹੇ ਹਨ ਇਹਨਾਂ ਦੀ ਯਾਦ ਨੂੰ ਸਮਰਪਿਤ ਜਿਨ੍ਹਾਂ ਨੇ ਏਡਾ ਵੱਡਾ ਸਤੀ ਕੀਤਾ ਉਹਨਾਂ ਰੋਗੀਆਂ ਦੇ ਰੋਗ ਦੂਰ ਕੀਤੇ ਜਿਨ੍ਹਾਂ ਰੋਗੀਆਂ ਦੇ ਕੋਲ ਕੋਈ ਬੰਦਾ ਖੜਦਾ ਨਹੀਂ ਸੀ ਬੰਦੂ ਆਉਂਦੀ ਸੀ ਉਸ ਗੁਰੂ ਸਾਹਿਬ ਨੇ ਏਡਾ ਵੱਡਾ ਕੰਮ ਕਰਾ ਰੱਖੇ ਸੰਸਾਰ ਨੇ ਹਰ ਕਾਰੀ ਆਏ ਜਿਹੜੇ ਆਪ ਜੁੜਦੇ ਹਨ ਉਹ ਸੰਸਾਰ ਨੂੰ ਜੁੜਦੇ ਹਨ ਜਗਿਆ ਹੋਇਆ ਦੀਵਾ ਜਿਹੜਾ ਕਿਸੇ ਨੇ ਜਗਾ ਸਕਦਾ ਹੈ ਹੋਏ ਦੀਵੇ ਦੀ ਸ਼ਕਤੀ ਆਓ ਪਾਵਨ ਸ਼ੋਰ ਸਤਗੁਰ ਦੀ ਸਮਰਨ ਕਰੀਏ ਮਾਰ ਨੇ
ਬੇਨਤੀ ਕੀਤੀ ਉਹਨਾਂ ਨੂੰ ਬੇਨਤੀ ਨੂੰ ਪ੍ਰਵਾਨ ਕਰਕੇ ਸੰਤਾਂ ਮਹਾਂ ਜਸਾਂ ਕਰਕੇ ਨਾਲ ਕੀਤਾ ਅਤੇ ਹੁਣ ਬਹੁਤ ਹੀ ਸਤਿਕਾਰ ਜੋ ਬਾਬਾ ਨਿਰਮਲ ਦਾਸ ਜੀ ਰਾਜਪੁਰ ਸਰੂਪ ਜੋੜੇ ਵਾਲੇ ਮਹਾਂਪੁਰਸ਼ ਉਹ ਸੰਤਾਂ ਨੂੰ ਨੌ ਦੇ ਤਰੱਕੀ ਤੋਂ ਸਾਨੂੰ ਜਾਣਦੇ ਸਭ ਸੰਤਾਂ ਨੇ ਉਹਨਾਂ ਦੇ ਨਾਲ ਜਸਦੀ ਸ੍ਰੀ ਗੋਦੀ ਵਾਲੇ ਸਾਰਾ ਮਾਤਾ ਪ੍ਰਬੰਧਕਾਂ ਵੱਲੋਂ ਉਪਮਾਇਕ ਸਾਰਾ ਮਾਲੇ ਤੱਕ ਇਹ ਕੀਰਤਨ ਕਰਾਉਣਗੇ। ਉਹਦੇ ਵਿੱਚ ਕੀਰਤਨ ਦੌਰ ਦੇ ਵਿੱਚ ਬਹੁਤ ਹੀ ਸਤਿਕਾਰ ਯੋਗ ਸ਼ਹੀਦਾਂ ਦੀ ਪ੍ਰਤੀ ਹਨ ਜਿਹਨਾਂ ਦਾ ਬਹੁਤ ਬਹੁਤ ਵਧੀਆ ਹੈ। ਬਹੁਤ ਹੀ ਸਤਿਕਾਰ ਯੋਗ ਜਸ਼ਨ ਦਾ ਪਰਮੇਸ਼ਰੀ ਦਾਦੂ ਵਾਲ ਐਸੇ ਗੋਲ ਕਿਹਾ ਗਿਆ ਹੈ। ਬਹੁਤ ਹੀ ਸਤਿਕਾਰ ਯੋਗ ਚੌਹਰੀ ਮੋਹਨ ਸਿੰਘ ਜੀ ਹੋਗਾ। ਬਹੁਤ ਹੀ ਸਤਿਕਾਰ ਯੋਗ ਰਾਸ ਸਰਵਰ ਸਿੰਘ ਜੀ ਗੌਰ ਔਰ ਜਥੇਦਾਰ ਸਿੰਘ ਜੀ ਕੇਸੀ ਬਹੁਤ ਬਹੁਤ ਵਧੀਆ ਹੈ। ਸੰਤਾਂ ਦੇ ਚਰਨਾਂ 'ਚ ਨਿਮਰਤਾ ਸਾਹਿਬ ਜੀ ਬੜੇ ਵਿਭਾਗੀ ਹੋ ਜੋ ਹਰ ਸਾਲ ਦੀ ਤਰ੍ਹਾਂ ਗੁਰਮੁਖ ਪ੍ਰਚਾਰ ਸਭਾ ਕਰਵਾਇਆ। ਬਹੁਤ ਵੱਡਾ ਉਪਰਾਲਾ ਕਰਕੇ ਆਪ ਨੂੰ ਰਸ ਕੀਰਤਨ ਦਰਬਾਰ 'ਚ ਆ ਕੇ ਜਿਹੜਾ ਇਹ ਆਤਮ ਸਤਾਰ ਮਹਾਤਮਾ ਰਸ ਕੀਰਤਨ ਦਰਬਾਰ 'ਚ ਆਇਆ ਹੈ। ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਸਾਹਿਬ ਜੀ ਨੂੰ ਸਮਰਪਿਤ ਹੈ ਔਰ ਸੰਤਾਂ ਬੜੀਆਂ ਉਠਾਵੀਆਂ ਹਨ ਕਿ ਜਿੱਥੇ ਮਹਾਨ ਕੀਰਤਨੀਆਂ ਤੋਂ ਆਪ ਜੀ ਨੇ ਕੀਰਤਨ ਸ਼ਰਨ ਕਰਨਾ ਹੈ ਉੱਥੇ ਮਹਾਨ ਮਹਾਂਪੁਰਸ਼ ਬਾਬਾ ਨਿਰਮਲ ਦਾਸ ਜੀ ਜੋੜੇ ਵਾਲੇ ਉਹ ਸੰਤਾਂ ਨੂੰ ਕੀਰਤਨ ਕਰੇ। ਉਹਦੇ ਨਾਲ ਜਿਸ ਵਾਸਤੇ ਜੋਧੀ ਵਾਲ ਜੀ ਆਏ ਆ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨਵਾਦ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਧੰਨਵਾਦ ਹੈ ਪ੍ਰਭੂ ਦੇ ਗ੍ਰੰਥ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਆਪ ਸਭ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਹਨ ਔਰ ਸਾਡੇ ਬਹੁਤ ਹੀ ਅਤੀ ਸਤਿਕਾਰਯੋਗ ਬਹੁਤ ਹੀ ਮਾਂ ਜੋ ਬਹੁਤ ਵੱਡੀ ਸ਼ਖਸੀਅਤ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਰਾਏ ਵਾਲੇ ਮਹਾਂਪੁਰਖ ਉਹਨਾਂ ਸੰਤਾਂ ਨੂੰ ਆਪ ਕੀਰਤਨ ਰਾਏ ਦੇ ਨਾਲ ਜਾਣਾ ਹੈ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਰਜਿਸਟਰ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ
मेरा मन को मिलती
ਬਿਲਕੁਲ ਹੋਰ ਜੋ ਮੰਗਣਾ ਹੈ ਸਿਰਫ ਸਾਡੇ ਲੋਕ ਜਿਸ ਨਾਮ ਸੋਨਿਆ ਆਓ